ਹੈਲੋ एवरीवन दिस इज ਮਨਦੀਪ ਫ্রম ਵੀਜ਼ਾ ਵੈਸਟ ਸਟੱਡੀ ਸਰਵਿਸ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਡਿਸਕਸ ਕਰਾਂਗੇ ਰਿਪੀਟ ਸੈਂਟੈਂਸਿਸ ਨੂੰ ਰਿਪੀਟ ਸੈਂਟੈਂਸਿਸ ਨੂੰ ਲੈ ਕੇ ਬਹੁਤ ਸਾਰੇ ਸਟੂਡੈਂਟਸ ਕਨਫਿਊਜ਼ ਹੁੰਦੇ ਆ ਬਹੁਤ ਸਾਰੇ ਮੈਸੇਜਸ ਹੁੰਦੇ ਆ ਰਿਪੀਟ ਸੈਂਟੈਂਸ ਦੇ ਮੈਥਡਸ ਨੂੰ ਲੈ ਕੇ ਕੀ ਮੈਥਡ ਹੈਗਾ ਆ ਕਿਸ ਤਰੀਕੇ ਨਾਲ ਰਿਪੀਟ ਸੈਂਟੈਂਸਿਸ ਨੂੰ ਇੰਪਰੂਵ ਕੀਤਾ ਜਾਵੇ ਕਿਸ ਤਰੀਕੇ ਨਾਲ ਅਸੀਂ ਫਲੂਐਂਟਲੀ ਬੋਲ ਸਕਦੇ ਹੈਗੇ ਕਿਹੜੇ ਕਿਹੜੇ ਪੈਰਾਮੀਟਰਸ ਹੈਗੇ ਆ ਜਿਹੜੇ ਰਿਪੀਟ ਸੈਂਟੈਂਸ ਨੂੰ ਜੱਜ ਕਰਦੇ ਹੈਗੇ ਉਹ ਪੂਰੀ ਡਿਸਕਸ਼ਨ ਆਪਾਂ ਇਹ ਵੀਡੀਓ ਦੇ ਵਿੱਚ ਕਰਾਂਗੇ ਰਿਪੀਟ ਸੈਂਟੈਂਸਿਸ ਸਭ ਤੋਂ ਪਹਿਲਾਂ ਜਾਣ ਲਈਏ ਕਿ ਸਪੀਕਿੰਗ ਦਾ ਸੈਕਿੰਡ ਪਾਰਟ ਹੁੰਦਾ ਆ ਸਪੀਕਿੰਗ ਦਾ ਸੈਕਿੰਡ ਪਾਰਟ ਲਿਸਨਿੰਗ ਨੂੰ ਕੰਟਰੀਬਿਊਟ ਕਰ ਰਿਹਾ ਹੈਗਾ ਲਿਸਨਿੰਗ ਨੂੰ ਕਿਉਂ ਕੰਟਰੀਬਿਊਟ ਕਰ ਰਿਹਾ ਕਿਉਂਕਿ ਅਸੀਂ ਪਹਿਲਾਂ ਸੈਂਟੈਂਸ ਨੂੰ ਸੁਣਦੇ ਹਾਂ ਤਾਂ ਕੋਈ ਵੀ ਚੀਜ਼ ਜਿਹੜੀ ਨੂੰ ਅਸੀਂ ਸੁਣਦੇ ਹਾਂ ਐਂਡ ਉਸ ਤੋਂ ਬਾਅਦ ਉਹਨੂੰ ਬੋਲਦੇ ਹਾਂ ਉਹ ਸਾਈਮਲਟੇਨੀਅਸਲੀ ਲਿਸਨਿੰਗ ਐਂਡ ਸਪੀਕਿੰਗ ਨੂੰ ਕੰਟਰੀਬਿਊਟ ਕਰੇਗੀ ਤਾਂ ਪੀਡੀ ਦੇ ਵਿੱਚ ਸਾਰੇ ਹੀ ਪਾਰਟ ਇੰਟਰਕਨੈਕਟਡ ਹੈਗੇ ਆ ਐਂਡ ਸਾਰੇ ਹੀ ਪਾਰਟ ਇੱਕ ਦੂਜੇ ਨੂੰ ਸਪੋਰਸ ਕਰਦੇ ਹੈਗੇ ਆ ਇਸੇ ਤਰੀਕੇ ਨਾਲ ਰਿਪੀਟ ਸੈਂਟੈਂਸਿਸ ਦੇ ਸਕੋਰ ਸਾਡੀ ਲਿਸਨਿੰਗ ਦੇ ਵਿੱਚ ਜਾਂਦੇ ਹੈਗੇ ਆ ਤਾਂ ਸਭ ਤੋਂ ਪਹਿਲਾਂ ਜਾਣ ਲਈ ਕਿ ਰਿਪੀਟ ਸੈਂਟੈਂਸਿਸ ਦੇ ਸਕੋਰ ਲਿਸਨਿੰਗ ਦੇ ਵਿੱਚ ਕਿੰਨੇ ਜਾਂਦੇ ਹੈਗੇ ਆ ਸਪੀਕਿੰਗ ਦੇ ਵਿੱਚ 31 ਸਕੋਰ ਐਂਡ ਲਿਸਨਿੰਗ ਦੇ ਵਿੱਚ 20 ਸਕੋਰ ਟੋਟਲ 51 ਸਕੋਰ ਕੰਟਰੀਬਿਊਟ ਕਰਦਾ ਇਸ ਲਈ ਬਹੁਤ ਜ਼ਿਆਦਾ ਇੰਪੋਰਟੈਂਟ ਹੈਗਾ ਤਾਂ ਹੁਣ ਅਸੀਂ ਇਹਨੂੰ ਡੀਪਲੀ ਅੰਡਰਸਟੈਂਡ ਕਰਾਂਗੇ ਐਂਡ ਇਹਦੇ ਪ੍ਰੈਪਰੇਸ਼ਨ ਮੈਥਡ ਕਿਹੜੇ ਹੈਗੇ ਆ ਉਹਨਾਂ ਨੂੰ ਦੇਖਾਂਗੇ ਹੈ ਨਾ ਸਭ ਤੋਂ ਪਹਿਲਾਂ ਅਸੀਂ 3 ਪੈਰਾਮੀਟਰਸ ਡਿਸਕਸ ਕਰਦੇ ਹਾਂ ਜਿਹੜੇ ਰਿਪੀਟ ਸੈਂਟੈਂਸਿਸ ਨੂੰ ਜੱਜ ਕਰਦੇ ਆ ਜਾਂ ਜਿਨ੍ਹਾਂ ਦੇ ਬਿਹਾਫ ਤੇ ਰਿਪੀਟ ਸੈਂਟੈਂਸਿਸ ਦੇ ਵਿੱਚ ਸਕੋਰ ਆਉਂਦੇ ਹੈਗੇ ਆ ਦੇਖੋ ਰਿਪੀਟ ਸੈਂਟੈਂਸਿਸ ਦੇ ਵਿੱਚ ਇੱਕ ਸੈਂਟੈਂਸ ਬੋਲਿਆ ਜਾਂਦਾ ਹੈਗਾ ਸੈਂਟੈਂਸ ਨੂੰ ਤੁਸੀਂ ਐਜ਼ ਇਟ ਇਜ਼ ਜਾਂ ਉਹ 'ਚੋਂ 50% 70% ਜਾਂ ਜਿੰਨਾ ਵੀ ਤੁਹਾਨੂੰ ਸੁਣਿਆ ਉਹਨੂੰ ਤੁਸੀਂ ਐਜ਼ ਇਟ ਇਜ਼ ਰਿਪੀਟ ਕਰਨਾ ਹੁੰਦਾ ਹੈ ਹਨਾ ਤਾਂ ਇਹਦੇ ਵਿੱਚ 3 ਪੈਰਾਮੀਟਰਸ ਹੁੰਦੇ ਆ ਕੰਟੈਂਟ ਫਲੂਐਂਸੀ ਐਂਡ ਵਰਡ ਪ੍ਰੋਨਾਂਸੀਏਸ਼ਨ ਤਾਂ ਸਭ ਤੋਂ ਪਹਿਲਾਂ ਆਪਾਂ ਡਿਸਕਸ ਕਰਦੇ ਕਿ ਕੰਟੈਂਟ ਕੀ ਹੈਗਾ ਕੰਟੈਂਟ ਹੈਗਾ ਕਿ ਜੋ ਵੀ ਸਪੀਕਰ ਨੇ ਬੋਲਿਆ ਲਾਈਕ ਜਦੋਂ ਅਸੀਂ ਸੈਂਟੈਂਸ ਨੂੰ ਸੁਣਦੇ ਹਾਂ ਜੋ ਵੀ ਸਪੀਕਰ ਬੋਲਦਾ ਹੈਗਾ ਉਹਨੂੰ ਅਸੀਂ ਕੰਟੈਂਟ ਕਹਿੰਦੇ ਹਾਂ ਫਲੂਐਂਸੀ ਮਤਲਬ ਜਦੋਂ ਅਸੀਂ ਸੈਂਟੈਂਸ ਜਿਹੜਾ ਸਪੀਕਰ ਨੇ ਬੋਲਿਆ ਉਹਨੂੰ ਬੋਲਦੇ ਹਾਂ ਤਾਂ ਅਸੀਂ ਕਿੰਨਾ ਐਕੋਰੇਟਲੀ ਕਿੰਨਾ ਸਮੂਥਲੀ ਬੋਲਦੇ ਹੈਗੇ ਹਾਂ ਜਾਂ ਕਿੰਨਾ ਉਹਦੇ ਵਿੱਚ ਹੈਜੀਟੇਟ ਹੁੰਦੇ ਹੈਗੇ ਆ ਉਹ ਚੀਜ਼ ਹੈਗੀ ਫਲੂਐਂਸੀ ਵਰਡ ਪ੍ਰੋਨਾਂਸੀਏਸ਼ਨ ਹੁੰਦੀ ਹੈ ਕਿ ਵਰਡਸ ਨੂੰ ਜਿਹੜੇ ਸਪੀਕਰ ਨੇ ਬੋਲੇ ਹੈਗੇ ਇੰਗਲਿਸ਼ ਲੈਂਗੁਏਜ ਦੇ ਵਰਡ ਉਹਨੂੰ ਅਸੀਂ ਕਿੰਨਾ ਕਲੀਅਰ ਬੋਲਦੇ ਹੈਗੇ ਹਾਂ ਤਾਂ 3 ਪੈਰਾਮੀਟਰਸ ਹੈਗੇ ਜਿਹਨਾਂ ਨੂੰ ਸਾਨੂੰ ਸਾਈਮਲਟੇਨੀਅਸਲੀ ਲੈ ਕੇ ਚੱਲਣਾ ਪਏਗਾ ਜੇ ਅਸੀਂ ਰਿਪੀਟ ਸੈਂਟੈਂਸਿਸ ਦੇ ਵਿੱਚੋਂ ਵਧੀਆ ਸਕੋਰ ਲੈਣੇ ਹੈਗੇ ਆ ਤਾਂ ਨੈਕਸਟ ਜਿਹੜੀ ਚੀਜ਼ ਹੈਗੀ ਆ ਅਕਸਰ ਹੀ ਮੈਂ ਸਾਰੀਆਂ ਵੀਡੀਓਜ਼ ਦੇ ਵਿੱਚ ਬੋਲਿਆ ਹੁੰਦਾ ਹੈ ਕਿ 80% ਕੰਟੈਂਟ ਤੁਸੀਂ ਲੈ ਲਓ ਤਾਂ ਤੁਹਾਡੇ 90 ਸਕੋਰ ਆ ਜਾਣਗੇ ਹੁਣੇ ਅਸੀਂ ਡਿਸਕਸ ਕੀਤਾ ਕਿ ਕੰਟੈਂਟ ਕੀ ਆ ਕੰਟੈਂਟ ਹੈਗਾ ਜੋ ਸਪੀਕਰ ਨੇ ਬੋਲਿਆ ਜੋ ਸਪੀਕਰ ਨੇ ਬੋਲਿਆ ਹੈਗਾ ਉਹਦੇ 'ਚੋਂ ਜੇ ਤੁਸੀਂ 80% ਕਵਰ ਕਰਦੇ ਹੈਗੇ ਆ ਫਲੂਐਂਟਲੀ ਕਵਰ ਕਰਦੇ ਆ ਵਰਡਸ ਨੂੰ ਕਲੀਅਰਲੀ ਪ੍ਰੋਨਾਊਂਸ ਕਰਦੇ ਆ ਤੁਸੀਂ ਫੁੱਲ 90 ਸਕੋਰ ਅਚੀਵ ਕਰਦੇ ਆ ਰਿਪੀਟ ਸੈਂਟੈਂਸਿਸ ਦੇ ਵਿੱਚੋਂ ਹਨਾ ਤਾਂ ਅਸੀਂ ਉਹ 90 ਸਕੋਰ ਲੈਣ ਵਾਸਤੇ 80% ਨੂੰ ਕਵਰ ਕਰਨਾ ਸਾਡੇ ਲਈ ਜ਼ਰੂਰੀ ਹੈਗਾ ਹੁਣ ਅਸੀਂ ਇੱਕ ਸੈਂਟੈਂਸ ਨੂੰ ਦੇਖਦੇ ਹਾਂ ਕਿ 80% ਆਪਣੇ ਲਈ ਕਹਿਣਾ ਬਹੁਤ ਜ਼ਿਆਦਾ ਸੌਖਾ ਹੈਗਾ ਕਿ 80% ਹੁਣ ਅਸੀਂ ਡਿਸਕਸ ਕਰਦੇ ਹਾਂ ਕਿ 80% ਐਕਚੁਅਲੀ ਹੈਗਾ ਕੀ ਹੈਗਾ ਆ ਸੋ ਵਟਸ 80% 80% ਫਾਰ ਐਗਜ਼ਾਮਪਲ ਜਿਹੜਾ ਤੁਹਾਡੀ ਸਕਰੀਨ ਦੇ ਉੱਪਰ ਸੈਂਟੈਂਸ ਆ ਫਾਰ ਐਗਜ਼ਾਮਪਲ ਸਪੀਕਰ ਨੇ ਬੋਲਿਆ ਵੁੱਡ ਯੂ ਪਾਸ ਮੀ ਦਾ ਟੈਕਸਟ ਬੁੱਕ ਔਨ ਦੈਟ ਟੇਬਲ ਤਾਂ ਉਹਨੂੰ ਅਸੀਂ ਜੇ ਸਾਨੂੰ ਅਸੀਂ ਪੂਰਾ ਨਹੀਂ ਬੋਲ ਸਕਦੇ ਤਾਂ ਲਾਸਟ ਤੋਂ ਸੀਕੁਐਂਸ ਦੇ ਵਿੱਚ 7 to 8 ਵਰਡਸ ਜੋ ਜਿੰਨੇ ਵੀ ਤੁਹਾਨੂੰ ਲੱਗਦਾ ਕਿ ਮੈਂ ਫਲੂਐਂਟਲੀ ਬੋਲ ਦੂੰਗਾ ਤੁਸੀਂ ਉਹ ਬੋਲ ਸਕਦੇ ਹੋ ਫਾਰ ਐਗਜ਼ਾਮਪਲ ਸਪੀਕਰ ਨੇ ਬੋਲਿਆ ਵੁੱਡ ਯੂ ਪਾਸ ਮੀ ਦਾ ਟੈਕਸਟ ਬੁੱਕ ਔਨ ਦੈਟ ਟੇਬਲ ਤਾਂ ਅਸੀਂ ਬੋਲਾਂਗੇ ਪਾਸ ਮੀ ਦੈਟ ਟੈਕਸਟ ਬੁੱਕ ਔਨ ਦੈਟ ਟੇਬਲ ਤਾਂ ਜੋ ਵੀ ਸਪੀਕਰ ਨੇ ਬੋਲਿਆ ਉਹਦੇ ਵਿੱਚ ਅਸੀਂ 80% ਉਹਨੂੰ ਕਵਰ ਕਰਾਂਗੇ ਦੈਟ ਕੁੱਡ ਬੀ ਦ ਫਸਟ ਪਾਰਟ ਆਫ ਦ ਸੈਂਟੈਂਸ ਔਰ ਕੁੱਡ ਬੀ ਦ ਲਾਸਟ ਪਾਰਟ ਆਫ ਦ ਸੈਂਟੈਂਸ ਨੈਕਸਟ ਜਿਹੜੀ ਗੱਲ ਹੈਗੀ ਆਪਾਂ ਡਿਸਕਸ ਕਰਾਂਗੇ ਸਪੀਡ ਸਟੂਡੈਂਟਸ ਨੂੰ ਇਹ ਲੱਗਦਾ ਕਿ ਜੋ ਸਪੀਡ ਨਾਲ ਬੋਲ ਰਹੇ ਆ ਤਾਂ ਫਲੂਐਂਟ ਹੈਗੇ ਆ ਤਾਂ ਕੋਈ ਵੀ ਲੈਂਗੁਏਜ ਨੂੰ ਜੇ ਅਸੀਂ ਸਪੀਡ ਨਾਲ ਬੋਲਾਂਗੇ ਡਜ਼ਨਟ ਮੀਨ ਕਿ ਵੀ ਆਰ ਫਲੂਐਂਟ ਫਲੂਐਂਸੀ ਦਾ ਮਤਲਬ ਹੁੰਦਾ ਕਿ ਜੋ ਵੀ ਜਿੰਨੀ ਵੀ ਸਪੀਡ ਤੁਹਾਡੀ ਹੈਗੀ ਆ ਜਿਸ ਤਰੀਕੇ ਨਾਲ ਵੀ ਤੁਸੀਂ ਬੋਲ ਸਕਦੇ ਹੋ ਬਸ ਤੁਸੀਂ ਅੜਨਾ ਨਹੀਂ ਵਾਰ ਵਾਰ ਫੰਬਲ ਨਹੀਂ ਕਰਨਾ ਵਾਰ ਵਾਰ ਤੁਸੀਂ ਹੈਜੀਟੇਟ ਨਹੀਂ ਹੋਣਾ ਇਟ ਮੀਨਸ ਤੁਸੀਂ ਫਲੂਐਂਟ ਹੋ ਤਾਂ ਹੁਣ ਅਸੀਂ ਡਿਸਕਸ ਕਰਾਂਗੇ ਕਿ ਮੈਥਡਸ ਕੀ ਹੈਗੇ ਰਿਪੀਟ ਸੈਂਟੈਂਸਿਸ ਨੂੰ ਇੰਪਰੂਵ ਕਰਨ ਦੇ ਰਿਪੀਟ ਸੈਂਟੈਂਸਿਸ ਨੂੰ ਸਭ ਤੋਂ ਬੈਸਟ ਮੈਥਡ ਜਿਹੜਾ ਹੈਗਾ ਆ ਟਰਾਈ ਟੂ ਫੋਲੋ ਦ ਟੋਨ ਆਫ ਦ ਸਪੀਕਰ
ਜੋ ਵੀ ਸਪੀਕਰ ਬੋਲ ਰਿਹਾ, ਜੋ ਵੀ ਉਹ ਮੂੰਹ ਦੇ ਵਿੱਚੋਂ ਕੱਢ ਰਿਹਾ, ਜਿੰਨੀ ਵੀ ਉਹ ਸਪੀਡ ਨਾਲ ਬੋਲ ਰਿਹਾ ਹੈਗਾ, ਜਿੱਥੇ ਜਿੱਥੇ ਉਹ ਪੌਜ਼ ਲੈ ਰਿਹਾ ਉਸੇ ਤਰੀਕੇ ਨਾਲ ਤੁਸੀਂ ਕਰੋਗੇ। ਸਭ ਤੋਂ ਪਹਿਲਾਂ ਫਲੈਟ ਯੂਅਰ ਟੋਨ, ਆਪਣੀ ਟੋਨ ਜਿਹੜੀ ਹੈਗੀ ਆ ਬੋਲਣ ਦਾ ਵੇ ਜਿਹੜਾ ਹੈਗਾ ਉਹਨੂੰ ਫਲੈਟ ਕਰ ਦਿਓ। ਇੰਗਲਿਸ਼ ਇਜ਼ ਅ ਫਲੈਟ ਲੈਂਗੁਏਜ, ਵੁੱਡ ਸੇ ਇੰਗਲਿਸ਼ ਦੇ ਵਿੱਚ ਜਦੋਂ ਜਿੰਨਾ ਵੀ ਤੁਸੀਂ ਵਰਡ ਨੂੰ ਸਟ੍ਰੈਚ ਕਰੋਗੇ ਓਨਾ ਹੀ ਤੁਸੀਂ ਕਲੀਅਰ ਆਨਸਰ ਕਰੋਗੇ, ਓਨਾ ਹੀ ਤੁਸੀਂ ਵਰਡ ਨੂੰ ਸਹੀ ਪ੍ਰੋਨਾਊਂਸ ਕਰੋਗੇ। ਤਾਂ ਆਪਣੀ ਟੋਨ ਨੂੰ ਕਦੇ ਵੀ ਸਪੀਡ ਅਪ ਨਾ ਕਰੋ, ਉਹਦੇ ਨਾਲ ਤੁਸੀਂ ਪੇਸ਼ੈਂਟ ਰਹੋਗੇ, ਕੌਨਫੀਡੈਂਟ ਰਹੋਗੇ ਐਂਡ ਤੁਸੀਂ ਆਪਣੇ ਰਿਪੀਟ ਸੈਂਟੈਂਸਿਸ ਦੇ ਵਿੱਚ ਉਹ ਵਧੀਆ ਸਕੋਰ ਕਰੋਗੇ। ਹੁਣ ਨੈਕਸਟ ਜਿਹੜੀ ਪ੍ਰੋਬਲਮ ਹੁੰਦੀ ਆ ਸਟੂਡੈਂਟਸ ਨੋਰਮਲੀ, ਉਹਨਾਂ ਨੂੰ ਲੱਗਦਾ ਕਿ ਉਹਨਾਂ ਨੇ ਸੈਂਟੈਂਸ ਬਹੁਤ ਵਧੀਆ ਬੋਲਿਆ ਸੀ ਐਗਜ਼ਾਮ ਦੇ ਵਿੱਚ, ਫੁੱਲ ਸੈਂਟੈਂਸ ਬੋਲਿਆ ਸੀਗਾ ਐਂਡ ਮੈਮ ਨੇ ਕਿਹਾ ਸੀ 80% ਬੋਲੋ, ਮੈਂ 80% ਬੋਲਿਆ, ਜਾਂ ਮੈਮ ਨੇ ਕਿਹਾ ਸੀ 50% ਬੋਲੋ, ਮੈਂ 50% ਬੋਲਿਆ, ਬਟ ਮੇਰੇ ਇਗਜ਼ਾਮ ਦੇ ਵਿੱਚੋਂ ਸਕੋਰ ਨਹੀਂ ਆਏ ਜਾਂ ਮੇਰੇ ਮਾਕ ਟੈਸਟ ਦੇ ਵਿੱਚੋਂ ਸਕੋਰ ਨਹੀਂ ਆਏ। ਇਹਦਾ ਰੀਜ਼ਨ ਕੀ ਹੈਗਾ? ਤੁਹਾਡੀ ਸਕਰੀਨ ਦੇ ਉੱਪਰ ਇੱਕ ਸੈਂਟੈਂਸ ਹੈਗਾ, ਫੋਰ ਐਗਜ਼ਾਮਪਲ ਸਪੀਕਰ ਨੇ ਬੋਲਿਆ ਅ ਸਟੱਡੀ ਸਕਿੱਲ ਸੈਮੀਨਾਰ ਇਜ਼ ਔਨ ਫੋਰ ਦਾ ਸਟੂਡੈਂਟਸ ਹੂ ਰਿਕੁਆਇਰ ਅਸਿਸਟੈਂਟ, ਤਾਂ ਤੁਸੀਂ ਫੋਰ ਐਗਜ਼ਾਮਪਲ ਤੁਸੀਂ 50% ਕਵਰ ਕੀਤਾ, ਤੁਸੀਂ ਕਹੋਗੇ ਆਲ ਸਟੂਡੈਂਟ ਹੂ ਰਿਕੁਆਇਰਸ ਨੌਲੇਜ। ਹੁਣ ਦੇਖੋ ਉੱਥੇ ਤੁਸੀਂ ਕੀ ਗਲਤੀ ਕੀਤੀ, ਕਵਰ ਕੀਤਾ ਤੁਸੀਂ 60 ਸਕੋਰ ਦੇ ਹੱਕਦਾਰ ਹੋ, ਬਟ ਇੱਥੇ ਗਲਤੀ ਕੀ ਹੋਈ, ਦਾ ਤੁਸੀਂ ਸਹੀ ਦਾ ਕੀਤਾ ਉੱਪਰ ਸੈਂਟੈਂਸ ਦੇ ਵਿੱਚ ਉਹਨਾਂ ਨੇ ਸਟੂਡੈਂਟਸ ਬੋਲਿਆ, ਤੁਸੀਂ ਸਟੂਡੈਂਟ ਬੋਲਿਆ, ਉਹਨਾਂ ਨੇ ਰਿਕੁਆਇਰ ਬੋਲਿਆ ਤੁਸੀਂ ਰਿਕੁਆਇਰਸ ਬੋਲਿਆ, ਉਹਨਾਂ ਨੇ ਅਸਿਸਟੈਂਸ ਬੋਲਿਆ ਤੁਸੀਂ ਬੜੀ ਸਪੀਡ ਦੇ ਨਾਲ ਨੌਲੇਜ ਬੋਲਤਾ। ਦੇਖੋ ਜੇ ਤੁਸੀਂ ਇਹਨੂੰ ਸਪੀਡ ਨਾਲ ਬੋਲਿਆ ਇਟ ਮੀਨਸ ਤੁਸੀਂ ਸਪੀਕਿੰਗ ਦੇ ਵਿੱਚੋਂ ਵਧੀਆ ਸਕੋਰ ਕਰ ਲਓਗੇ ਬਟ ਤੁਸੀਂ ਲਿਸਨਿੰਗ ਦੇ ਵਿੱਚੋਂ ਵਧੀਆ ਸਕੋਰ ਨਹੀਂ ਕਰ ਪਾਓਗੇ। ਰੀਜ਼ਨ ਕੀ, ਕੰਟੈਂਟ ਰਿਕੁਆਇਰਡ ਸੀਗਾ, ਕੰਟੈਂਟ ਮੀਨਸ ਉਹਨਾਂ ਨੂੰ ਨਹੀਂ ਚਾਹੀਦਾ ਸੀਗਾ SREs ਐਕਸਟਰਾ, ਉਹ ਜਾਂ ਉਹਨਾਂ ਨੂੰ SREs ਚਾਹੀਦਾ ਸੀ ਤੁਸੀਂ ਉਹਨੂੰ ਰਿਮੂਵ ਕਰਤਾ। ਉਹ ਸੋਫਟਵੇਅਰ ਆ ਸਪੀਡ ਬਹੁਤ ਜ਼ਿਆਦਾ ਆ, ਇੱਕ ਵੀ ਵਰਡ ਤੁਹਾਡੇ ਮੂੰਹ ਦੇ ਵਿੱਚੋਂ ਨਿਕਲਿਆ ਹਰੇਕ ਚੀਜ਼ ਰਿਕਾਰਡ ਹੋਣੀ ਆ, ਤਾਂ ਬਹੁਤ ਹੀ ਕਲੀਅਰ ਬੋਲਣਾ ਹੈਗਾ ਤੁਸੀਂ, ਇਸ ਚੀਜ਼ ਦਾ ਧਿਆਨ ਰੱਖਣਾ ਤੁਸੀਂ। ਹੁਣ ਕੋਈ ਸੈਂਪਲਸ ਹੈਗੇ ਆ ਜਿਹੜੇ ਰਿਪੀਟ ਸੈਂਟੈਂਸਿਸ ਦੇ ਹੈਗੇ ਆ, ਮੈਂ ਤੁਹਾਨੂੰ ਬੋਲਦੀ ਹਾਂ ਉਸ ਤਰੀਕੇ ਨਾਲ ਤੁਸੀਂ ਕਵਰ ਕਰੋ, ਟਰਾਈ ਕਰੋ ਕਿ ਇਸ ਮੈਥਡ ਦੇ ਨਾਲ ਤੁਸੀਂ ਇੰਪਰੂਵ ਕਰ ਲਓ। ਮੇਰੇ ਬਹੁਤ ਸਟੂਡੈਂਟਸ ਜਿਹੜੇ ਔਨਲਾਈਨ ਐਂਡ ਆਫਲਾਈਨ ਆ ਸੇਮ ਮੈਥਡ ਇੰਪਲੀਮੈਂਟ ਕਰ ਰਹੇ ਆ, ਸਾਡੇ ਰਿਜ਼ਲਟ ਤੁਸੀਂ ਇੰਸਟਾਗ੍ਰਾਮ, ਫੇਸਬੁੱਕ, ਯੂਟਿਊਬ 'ਤੇ ਦੇਖ ਸਕਦੇ ਹੋ। ਜੇ ਤੁਸੀਂ ਵਧੀਆ ਸਕੋਰ ਅਚੀਵ ਕਰਨਾ ਚਾਹੁੰਦੇ ਥੋੜ੍ਹੇ ਸਮਾਰਟ ਵਰਕ ਕਰ ਲਓ ਰਿਪੀਟ ਸੈਂਟੈਂਸਿਸ ਦੇ, ਤੁਸੀਂ ਵਧੀਆ ਸਕੋਰ ਅਚੀਵ ਕਰੋਗੇ। ਹੁਣ ਕੋਈ ਸੈਂਪਲਸ ਹੈਗੇ ਜਿਹੜੇ ਮੈਂ ਬੋਲੂੰਗੀ ਰਿਪੀਟ ਸੈਂਟੈਂਸਿਸ ਦੇ, ਉਹਦੇ ਅਕੋਰਡਿੰਗ ਹੀ ਤੁਸੀਂ ਇਗਜ਼ਾਮ ਦੇ ਵਿੱਚ ਬੋਲਣਾ ਹੈਗਾ। ਜਦੋਂ ਵੀ ਸੈਂਟੈਂਸ ਪਲੇ ਹੋਇਆ ਉਸ ਤੋਂ ਬਾਅਦ ਸੈਂਟੈਂਸ ਨੂੰ ਤੁਸੀਂ ਆਪਣੇ ਮਨ ਦੇ ਵਿੱਚ ਬੋਲਣਾ ਹੈਗਾ, ਉਸ ਤੋਂ ਬਾਅਦ ਤੁਸੀਂ ਜਦੋਂ ਤੁਹਾਡੀ ਰਿਕਾਰਡਿੰਗ ਸਟਾਰਟ ਹੋਊਗੀ ਤੁਸੀਂ ਉਹਨੂੰ ਬੋਲਣਾ ਸਟਾਰਟ ਕਰ ਦੇਣਾ। ਬਟ ਕਈ ਵਾਰ ਸਟੂਡੈਂਟਸ ਕੀ ਹੁੰਦੇ ਸਪੀਕਰ ਨੇ ਸੈਂਟੈਂਸ ਬੋਲਿਆ ਉਹ ਮਿਊਟ ਰਹੇ, ਜਦੋਂ ਰਿਕਾਰਡਿੰਗ ਸਟਾਰਟ ਹੋਈ ਉਹਨਾਂ ਨੇ ਬੋਲਣਾ ਸਟਾਰਟ ਕੀਤਾ, ਉਹਨਾਂ ਤੋਂ ਬੋਲਿਆ ਨਹੀਂ ਗਿਆ, ਇਹ ਬਹੁਤ ਜ਼ਿਆਦਾ ਪ੍ਰੋਬਲਮ ਆਉਂਦੀ ਆ। ਇਸ ਲਈ ਜਦੋਂ ਵੀ ਸਪੀਕਰ ਨੇ ਸੈਂਟੈਂਸ ਬੋਲਿਆ ਉਹਨੂੰ ਇਮੀਡੀਏਟਲੀ ਆਪਣੇ ਮਨ ਦੇ ਵਿੱਚ ਜਾਂ ਆਪਣੇ ਮੂੰਹ ਦੇ ਵਿੱਚ ਅੱਗੇ ਰਿਵਾਈਜ਼ ਕਰੋ, ਉਸ ਤੋਂ ਬਾਅਦ ਜਦੋਂ ਰਿਕਾਰਡਿੰਗ ਸਟਾਰਟ ਹੋਊਗੀ ਤੁਸੀਂ ਬੋਲਣਾ ਸ਼ੁਰੂ ਕਰ ਦਿਓ। ਐਗਜ਼ਾਮ ਦੇ ਵਿੱਚ ਇਸ ਤਰ੍ਹਾਂ ਦੀ ਤੁਹਾਡੀ ਸਕਰੀਨ ਹੁੰਦੀ ਆ ਸੈਂਟੈਂਸ ਨੂੰ ਬੋਲਿਆ ਜਾਂਦਾ, ਉਸ ਤੋਂ ਬਾਅਦ ਜਿਸ ਟਾਈਮ ਸੈਂਟੈਂਸ ਬੋਲਿਆ ਜਾਂਦਾ ਨੀਚੇ ਟਾਈਮਰ ਚੱਲ ਰਿਹਾ ਹੁੰਦਾ, ਤਾਂ ਜਦੋਂ ਹੀ ਸੈਂਟੈਂਸ ਖਤਮ ਹੁੰਦਾ ਨੀਚੇ ਜਦੋਂ ਰਿਕਾਰਡਿੰਗ ਲਿਖਿਆ ਗਿਆ ਉਸ ਟਾਈਮ ਤੁਸੀਂ ਬੋਲਣਾ ਸਟਾਰਟ ਕਰ ਦੇਣਾ ਹੁੰਦਾ। The cafe will close soon, but you can still access the snack machine, which is running overnight. The cafe will close soon, but you can still access the snack machine, which is running overnight. ਜਿੰਨੀ ਕੁ ਉਹਦੀ ਸਪੀਡ ਹੈਗੀ ਉੰਨੀ ਤੁਸੀਂ ਬੋਲ, ਬਟ ਮੇਕ ਸ਼ੋਰ ਥੋੜ੍ਹਾ ਜਿਹਾ ਐਕਸੈਂਟ ਆਪਣਾ ਤੁਹਾਨੂੰ ਚੇਂਜ ਕਰਨਾ ਪਊਗਾ। ਜੇ ਅਸੀਂ ਇਹਨੂੰ ਬਹੁਤ ਜ਼ਿਆਦਾ ਐਕਸੈਸ ਸਨੈਕ ਮਸ਼ੀਨ ਐਵੇਂ ਦੇ ਵਰਡਸ ਬੋਲਾਂਗੇ ਕਿਤੇ ਨਾ ਕਿਤੇ ਤੁਹਾਡੀ ਸਪੀਕਿੰਗ ਐਂਡ ਲਿਸਨਿੰਗ ਇਫੈਕਟ ਹੋਊਗੀ, ਕਿਉਂਕਿ ਥੋੜ੍ਹਾ ਜਿਹਾ ਟੱਚ ਜਿਹੜਾ ਤੁਹਾਨੂੰ ਇੰਗਲਿਸ਼ ਦਾ ਰੱਖਣਾ ਪਏਗਾ ਐਂਡ ਤੁਹਾਨੂੰ ਆਪਣੀ ਲੈਂਗੁਏਜ ਥੋੜ੍ਹੀ ਜਿਹੀ ਸੌਫਟ ਕਰਨੀ ਪਏਗੀ। The technician left the new microscope in the biology lab. This is how we deliver healthcare to millions of people over the world. You can contact all your tutors by email. So this is the method by that you can achieve 19 year listening, 19 year speaking. Keep trying. Best wishes. Thank you.